ਹੈਲੋ ਗਾਇਜ਼ ਮੈਂ ਨਾ ਅੱਜ ਇੱਕ ਆਪਣੇ ਸਕੂਲ ਦੀ ਨਾ ਯਾਦ ਤੁਹਾਡੇ ਨਾਲ ਸਾਂਝਾ ਕਰਨੀ ਆ ਮੇਰ ਨਾਲ ਨਾ ਇੱਕ ਕੁੜੀ ਪੜਦੀ ਹੁੰਦੀ ਸੀ ਜਿਹਦਾ ਨਾਂ ਨਾ ਰਣਜੀਤ ਸੀ ਤੇ ਰੂਪ ਤੇ ਉਹਨੂੰ ਰੱਬ ਨੇ ਕਾਫੀ ਦਿੱਤਾ ਸੀ ਬਹੁਤ ਸੋਹਣੀ ਸੀ ਚਲੋ ਸਾਡਾ ਰੂਪ ਤੇ ਥੋੜਾ ਘਾਟ ਹੀ ਰਣੀ ਟੈਨਸ਼ਨ ਨਹੀਂ ਲਈਦੀ ਉਦੋਂ ਤੇ ਵਿਚਾਰੀ ਲੱਲੂ ਜੀ ਹੁੰਦੀ ਸੀ ਤੇ ਉਹ ਪੜਹੀ ਹਣੀ ਮੇਰੇ ਨਾਲ 4 ਸਾਲ ਪੜੀ ਹਣੀ ਆ 9th ਤੋਂ ਲੈ ਕੇ +2 ਤੱਕ ਪੜੀ ਤੇ ਲੱਲੂ ਜੀ ਹੁੰਦੀ ਸੀ ਤੇ ਥੋੜੇ ਆਹੀ ਥੋੜੇ ਇੰਟੈਲੀਜੈਂਟ ਹੁੰਦੇ ਸੀ ਤੇ ਆਪਣੇ ਆਪ ਨੂੰ ਪਤਾ ਨਹੀਂ ਕਿੰਨੇ ਕੁ ਤੇ ਸਮਝਦੀ ਸੀ ਤੀ ਸਮਾਰ ਖਾਣ ਸਮਝੀਦਾ ਸੀ ਤੇ 2015 ਵਿੱਚ ਅਸੀਂ ਪਲੱਸ 2 ਕੀਤੀ ਹੋਣੀ ਆ ਤੇ ਉਹ ਆਪਣੇ ਪਤਾ ਨਹੀਂ ਕੀ ਕਰਦੀ ਰਹੀ ਤੇ ਕੀ ਨਹੀਂ ਕਰਦੀ ਰਹੀ ਅਸੀਂ ਥੋੜੇ ਬਹੁਤ ਹੀ ਪੜ ਲਏ ਥੋੜੇ ਬਹੁਤ ਹੀ ਨਹੀਂ ਹੁਣ ਤੇ ਸਾਡਾ ਵਿਆਹ ਹੋ ਗਿਆ ਤੇ ਥੋੜੇ ਦਿਨ ਅਗੇ ਮੈਂ 2-3 ਦਿਨ ਹੋ ਗਏ ਸਕੂਲ ਗਈ ਨੂੰ ਮੇਰੇ ਭੈਣ ਦੇ ਬੇਟੇ ਦੀ ਮੈਂ ਐਡਮਿਸ਼ਨ ਕਰਾਉਣੀ ਸੀ ਤੇ ਮੈਂ ਸਕੂਲ ਗਈ ਤੇ ਦੇਖਿਆ ਤੇ ਫੇਸ ਤੇ ਮਾਸਕ ਲਾਇਆ ਹੋਇਆ ਸੀ ਉਹਨੇ ਵੀ ਲਾਇਆ ਸੀ ਤੇ ਮੈਂ ਵੀ ਲਾਇਆ ਸੀ ਪਰ ਉਹ ਟੀਚਰ ਬਣ ਗਈ ਆ ਤੇ ਅੱਜ ਆ ਹੀ ਰੋਲ ਦੇ ਫਿਰਦੇ ਆ ਕਿਸੇ ਟਾਈਮ ਤੇ ਲੱਗਦਾ ਹੁੰਦਾ ਸੀ ਕਿ ਸਾਰਾ ਕੁਝ ਅਸੀਂ ਕਰਨਾ ਵਾ ਤੇ ਵਿਚਾਰੇ ਲੱਲੂਆਂ ਲੱਲੂਆਂ ਨੇ ਕੀ ਕਰਨਾ ਪੜ ਕੇ ਕਿਉਂਕਿ ਉਹਨੂੰ ਪੜਾਈ ਵੀ ਨਾਲ ਖਾਸ ਨਹੀਂ ਸੀ ਹੁੰਦੀ ਹੁੰਦੀ ਪੜ੍ਹਨੀ ਤੇ ਮੈਨੋਂ ਕਿਤੇ ਚੁੱਤਰ ਖਾਂਦੀ ਨਹੀਂ ਦੇਸੀ ਤੇ ਅਸੀਂ ਇੰਟੈਲੀਜੈਂਟ ਹੁੰਦੇ ਥੋੜੇ ਜੇ ਸਾਨੂੰ ਲੱਗਦਾ ਇਹ ਸਾਰਾ ਕੁਝ ਅਸੀਂ ਆ ਤੇ ਇਹਦਾ ਵਿੱਚ ਕੁਝ ਨਹੀਂ ਹੈਗਾ ਇਹ ਫਲਦੇ ਚ ਪੜਨਦੇ ਆ ਪਰ ਨਹੀਂ ਅੱਜ ਇੱਕ ਨਾ ਥੋੜੀ ਜਿਹੀ ਇੱਕ ਇੱਕ ਖੁਸ਼ੀ ਵੀ ਮਹਿਸੂਸ ਹੋਈ ਤੇ ਇੱਕ ਥੋੜਾ ਦੁੱਖ ਵੀ ਹੋਇਆ ਕਿ ਕਿਸੇ ਟਾਈਮ ਤੇ ਅਸੀਂ ਕੀ ਸੋਚਦੇ ਸੀ ਤੇ ਅੱਜ ਕੀ ਹੋ ਗਿਆ ਰੱਬ ਨੇ ਸਾਨੂੰ ਕੀ ਵਿਖਾਤਾ ਇਹ ਉਹ ਸਮੇਂ ਤੇ ਉਹ ਟੀਚਰ ਸੀ ਤੇ ਮੈਂ ਇੱਦੀ ਗਈ ਸੀ ਸਕੂਲ ਤੇ ਪਤਾ ਨਹੀਂ ਮੈਨੂੰ ਪਛਾਣਿਆ ਜਾਂ ਨਹੀਂ ਪਛਾਣਿਆ ਪਰ ਮੈਂ ਉਹਨੂੰ ਪਛਾਣ ਲਿਆ ਕਿ ਉਹ ਟੀਚਰ ਬਣੀ ਸੀ ਇੰਨੀ ਸੋਹਣੀ ਲੱਗਦੀ ਸੀ ਤੇ ਆਨ ਟੀਚਰਾਂ ਕੋਲ ਬਿਹੇਵ ਕਰਨ ਦੀ ਸੀ ਇੱਕ ਖੁਸ਼ੀ ਹੋਈ ਤੇ ਇੱਕ ਮਨ ਨੂੰ ਨਾ ਦੁੱਖ ਜਾ ਵੀ ਹੋਇਆ ਮੈਂ ਕਿ ਚਲੋ ਸਾਂਝਾ ਕਰਦੇ ਆ ਸਾਰਿਆਂ ਦੇ ਨਾਲ ਤੇ ਕੋਈ ਸ਼ਾਇਦ ਸਿੱਖ ਵੀ ਲੈਂਦਾ ਵਾ ਇਸ ਗੱਲ ਨੂੰ ਸੁਣ ਕੇ ਕਿ ਸ਼ਾਇਦ ਆਪਾਂ ਉਹਨੂੰ ਕਿਸੇ ਦੇ ਨਾਲ ਇਹ ਦਾਨੀ ਕਰਨਾ ਚਾਹੀਦਾ ਅੱਜ ਗਲਤੀ ਮਹਿਸੂਸ ਹੋਈ ਆ